ਲਓ ਜੀ ਪੇਸ਼ ਕਰਨ ਜਾ ਰਹੇ ਹਾਂ ਸਪੈਸ਼ਲ ਡਿਮਾਂਡ ਤੇ ਕਿੱਸਾ ਜੜ ਤੇ ਯੂਲੀਅਟ ਦਾ ਗੌਰ ਨਾਲ ਸੁਣਨਾ ਮੇਰੇ ਵੀਰੇ ਦਿਲ ਗਿੱਧੇ ਵਿੱਚ ਨੱਚਦੀ ਨੇ ਲੁੱਟ ਲਿਆ ਮੁੰਡਾ ਅੱਖ ਨਾ ਬਣੇ ਰੇ ਉਤੋਂ ਸੁੱਟ ਲਿਆ ਸਾਹ ਚ ਝੱਟ ਸਾਹ ਹੋ ਗਿਆ ਸੱਟ ਵੱਜ ਗਈ ਕਾਲ ਜੇ ਭਾਰੀ ਹੋ ਬਾਕੀ ਤਾਂ ਬਚਾ ਹੋ ਗਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਦਿਲਜੀਤ ਸਿੰਘ ਦੋਸਾਂਝ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਢੋਲ ਵੱਜਦਾ ਰੇਡੀਓ ਮਿਰਚੀ 98.3 FM। ਇਟਸ ਅ ਹੌਟ ਹੈ ਜੀ, ਰੇਡੀਓ ਮਿਰਚੀ ਦਾ ਸਟੇਸ਼ਨ ਜਿੰਨਾ ਅੱਜ ਹੌਟ ਹੋਇਆ ਹੈ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ, ਕਿਉਂਕਿ ਬਹੁਤ ਵਧੀਆ ਜੋੜੀ ਜਿਹਨੂੰ ਹਰ ਕੋਈ ਅੱਜ ਕੱਲ੍ਹ ਦੇਖਣਾ ਚਾਹੁੰਦਾ ਹੈ, ਪਸੰਦ ਕਰ ਰਿਹਾ ਹੈ, ਔਰ ਹਰ ਮੁੰਡਾ ਆਪਣੇ ਆਪ ਨੂੰ ਉਹ ਮੁੰਡੇ ਵਾਂਗੂ ਸਮਝਦਾ ਯਾਰ ਮੈਂ ਉਹਦੇ ਵਰਗਾ ਲੱਗਦਾ ਨਾ, ਔਰ ਕੁੜੀ ਤੇ ਫੈਨ ਹੀ ਹੈ ਜੀ। ਨਹੀਂ ਇਹ ਘੱਟ ਬੋਲਦੇ ਆ, ਮੈਨੂੰ ਕਹਿ ਇਸ਼ਾਰਾ ਦੇ ਰਹੇ ਕਿ ਕੁਛ ਜ਼ਿਆਦਾ ਬੋਲੋ ਕਿਉਂਕਿ ਨਹੀਂ ਤਾਂ ਮੇਰਾ ਮੂਵੀ ਜ਼ਿਆਦਾ ਖੁੱਲ੍ਹਾ ਰਹਿੰਦਾ ਐਂਡ ਆਈ ਸੇ ਅ ਲੋਟ ਆਫ ਨੌਨਸੈਂਸ। ਨਹੀਂ ਨਹੀਂ ਐਸੀ ਗੱਲ ਨਹੀਂ ਦਿਲਜੀਤ ਭਾਜੀ, ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ ਬਿਲਕੁਲ, ਜੋ ਬੋਲਦੇ ਆ ਬਿਲਕੁਲ 16 ਨੇ ਸੱਚ ਬੋਲਦੇ ਆ, ਸੱਚ ਤੋਂ ਬਿਨਾਂ ਕੁਛ ਨਹੀਂ ਬੋਲਦੇ। ਗਲਤੀਆਂ ਹੋ ਜਾਂਦੀਆਂ। ਓਕੇ, ਸੋ ਕਿਸ ਤਰ੍ਹਾਂ ਫਾਈਨਲ ਕੀਤਾ ਕਿ ਮੈਂ ਇਹ ਫਿਲਮ ਕਰਨੀ ਹੈ? ਮੈਨੂੰ ਜੀ ਸਕ੍ਰਿਪਟ ਵਧੀਆ ਲੱਗੀ ਜੀ, ਡਾਇਰੈਕਟਰ ਬਹੁਤ ਅੱਛੇ ਸੀ, ਪ੍ਰੋਡਿਊਸਰਸ ਬਹੁਤ ਅੱਛੇ ਸੀਗੇ ਅਤੇ ਪ੍ਰੋਡਕਸ਼ਨ ਹਾਊਸ ਸਾਰਾ ਕੁਛ ਵਧੀਆ ਸੀਗਾ, ਅਤੇ ਮੈਨੂੰ ਲੱਗਦਾ ਸੀ ਕਿ ਫਿਲਮ ਵਧੀਆ ਬਣ ਜਾਣੀ ਹੈ, ਔਰ ਜਿੱਦਾਂ ਮੈਨੂੰ ਲੱਗਦਾ ਸੀ ਉਹ ਤੋਂ ਜ਼ਿਆਦਾ ਵਧੀਆ ਬਣ ਗਈ। ਕੁੱਤੀਆਂ ਪੈ ਗਈਆਂ, ਲੋਕ ਪਾਗਲ ਹੋ ਜਾਣ ਥੀਏਟਰ ਦੇ ਵਿੱਚ, ਉਹਨਾਂ ਨੂੰ ਐਂਟਰੀ ਨਾ ਮਿਲੇ, ਇੰਨਾ ਹਾਊਸਫੁੱਲ ਹੋਵੇ ਫਿਲਮ, ਮੈਂ ਜ਼ਰੂਰ ਦੇਖਣ ਜਾਵਾਂਗੀ ਫਿਲਮ, ਹੋਰ ਕੋਈ ਜਾਵੇ ਨਾ ਜਾਵੇ। ਥੈਂਕ ਯੂ ਫੋਰ ਕਮਿੰਗ। ਥੈਂਕ ਯੂ। ਹਾਂ ਕੁੱਤੀਆਂ ਤਾਂ ਪੈ ਹੀ ਜਾਣੀਆਂ ਵੀਰੇ, ਅਤੇ ਤੁਸੀਂ ਸਾਰੇ ਜਾਣੇ ਮੇਰੇ ਵੀਰੇ ਯਾਰ ਸਾਰੇ ਆ ਜਾਓ, ਆਪਣੀ ਫੈਮਲੀ ਨੂੰ ਲੈ ਕੇ, ਸਿੰਗਲ ਆ ਜਾਓ ਚਾਹੇ ਇਕੱਲੇ ਆ ਜਾਓ ਚਾਹੇ ਜਿੱਦਾਂ ਮਰਜ਼ੀ ਹੋ ਜਾਏ।
ਬਹੁਤ ਅੱਛਾ ਲੱਗਾ ਦਿਲਜੀਤ ਜੀ ਨੂੰ ਮਿਲ ਕੇ ਗਾਇਨ ਆਫ ਪੰਜਾਬ ਵਾਸਤੇ ਵੀ ਜਦੋਂ ਪ੍ਰਮੋਸ਼ਨ ਲਈ ਆਏ ਸੀ ਅਤੇ ਅਸੀਂ ਇਹਨਾਂ ਨਾਲ ਗਏ ਸੀ ਜਿੰਨੇ ਦੇਖਣ ਵਿੱਚ ਇਸ ਤਰ੍ਹਾਂ ਓਰੀਜਨਲ ਸੋਹਣੇ ਨੇ ਉਸ ਤੋਂ ਵੀ ਜ਼ਿਆਦਾ ਇਹ ਕੈਮਰੇ ਦੇ ਅੱਗੇ ਸੋਹਣੇ ਲੱਗਦੇ ਨੇ ਬਹੁਤ ਮਿੱਠੀ ਆਵਾਜ਼ ਹੈ ਇਹਨਾਂ ਦੀ ਬਹੁਤ ਅੱਛੀ ਮੂਵੀਜ਼ ਹੈ ਅਸੀਂ ਬੜਾ ਐਕਸਾਈਟਿਡ ਹੈ 29 ਜੂਨ ਨੂੰ ਕਦੋਂ 29 ਜੂਨ ਹੋਏਗੀ ਅਸੀਂ ਇਹਨਾਂ ਦੀ ਮੂਵੀ ਦੇਖਾਂਗੇ ਦਿਲਜੀਤ ਦਿਲਸ਼ਾਨ ਐਂਡ ਆਈ ਆਲਸੋ ਰਿਕੁਐਸਟ ਦੀ ਮੈਨੇਜਮੈਂਟ ਆਫ ਫਿਦਾ ਟੂ ਆਲਸੋ ਜੁਆਇਨ ਅਸ ਔਨ ਦ ਸਟੇਜ ਦਿਲਜੀਤ ਜੀ ਹੇਅਰ ਆਪਣੀ ਫਿਲਮ ਜੱਟ ਐਂਡ ਜੂਲੀਅਟ ਰਿਲੀਜ਼ ਹੋ ਰਹੀ ਹੈ 29 ਜੂਨ ਨੂੰ ਸੋ ਪਲੀਜ਼ ਸਾਰੇ ਜ਼ਰੂਰ ਜਾ ਕੇ ਦੇਖਣਾ ਇਟਸ ਅ ਫੈਮਿਲੀ ਫਿਲਮ ਇਟਸ ਐਨ ਐਂਟਰਟੇਨਿੰਗ ਫਿਲਮ ਐਂਡ ਵੀ ਗਰੰਟੀ ਯੂ ਵਿਲ ਇੰਜੋਏ ਇਟ ਥੈਂਕ ਯੂ ਸੋ ਮੱਚ ਵਨੀ ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 29 ਜੂਨ ਨੂੰ ਸਾਡੀ ਫਿਲਮ ਲੱਗ ਰਹੀ ਹੈ ਜੀ ਜੱਟ ਅਤੇ ਜੂਲੀਅਟ ਬਹੁਤ ਵਧੀਆ ਪੰਜਾਬੀ ਮੂਵੀ ਹੈ ਜੀ ਫੈਮਿਲੀ ਮੂਵੀ ਤੁਸੀਂ ਸਾਰੇ ਜਣੇ ਜਾ ਕੇ ਦੇਖੋਗੇ ਇੰਜੋਏ ਕਰੋ ਜੀ ਬਹੁਤ ਬਹੁਤ ਸ਼ੁਕਰੀਆ ਮੈਂ ਇੱਥੇ ਐਂਟਰ ਕੀਤਾ ਜੀ ਗਜ਼ਲ ਸੁਣਨੀ ਸੀ ਸਾਰੇ ਇੱਥੇ ਬੈਠੇ ਚੁੱਪੇ ਜੇ ਤੁਸੀਂ ਨਾਲ ਰਿਦਮ ਦੇ ਸਾਥ ਦਿਓਗੇ ਫਿਰ ਮੈਂ ਇੱਕ ਮੁਕੜਾ ਸੁਣਾ ਦੇਣਾ ਹੋ ਪੱਤੋ ਦੇ ਯਾਰ ਬੜੇ ਨੇ ਕਿਵੇਂ ਪਰਪੋਜ਼ ਕਰਾਂ ਪੱਤੋ ਦੇ ਯਾਰ ਬੜੇ ਨੇ ਪਟ ਮੈਂ ਰੋਜ਼ ਕਰਾਂ